टुटी बांह आले आ क्या हालत रे क्या चुगनी जी पी जांदा इन्या दस लेनी ते तू साडा मकाऊंगा यार मका ला जी देख पूरा गड्डी लोड आ बस इधर चीनिया थले पे गड्डी दा सरपंचर इन्ना दब जांदा भाई ਸਿਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਅਨਦਰ ਬਲੌਗ ਅੱਜ ਦਿਨ ਹੈਗਾ ਐਤਵਾਰ ਦਾ ਸੰਡੇ ਦਾ ਤੇ ਅੱਜ ਆਪਾਂ ਨੇ ਝਾੜੂ ਪੋਚਾ ਕਰ ਲਿਆ ਹੈ ਵਿਹਲੇ ਹੋ ਗਏ ਸੱਜ ਰਹੇ ਹੋ ਐਡੀਟਿੰਗ ਕਰ ਲਈ ਆ ਅਪਲੋਡ ਵੀ ਕਰਤੀ ਆ ਬਸ ਥੰਬਲਿੰਗ ਟਾਈਟਲ ਵਗੈਰਾ ਲਾਉਣਾ ਆਪਾਂ ਨੇ ਤੇ ਕੱਲ੍ਹ ਆਪਾਂ ਨੇ 500 ਸਬਸਕ੍ਰਾਈਬਰ ਦੀ ਆਪਾਂ ਨੇ ਪਾਰਟੀ ਕਰੀ ਹੈ ਛੋਟੀ ਮੋਟੀ ਪਾਰਟੀ ਕਰੀ ਹੈ ਜਲਦੀ ਤੋਂ ਜਲਦੀ ਆਪਣੇ 1000 ਸਬਸਕ੍ਰਾਈਬਰ ਹੋ ਜਾਣ ਤੇ ਆਪਾਂ ਫਿਰ ਇੱਕ ਵੱਡੀ ਪਾਰਟੀ ਕਰਾਂਗੇ ਸਾਰਿਆਂ ਨਾਲ ਆਪਾਂ ਮਿਲ ਕੇ ਵੱਡੀ ਪਾਰਟੀ ਕਰਾਂਗੇ ਸਾਰੇ ਜਿਹੜੇ ਵੀ ਆਪਾਂ ਨੂੰ ਸਬਸਕ੍ਰਾਈਬ ਕਰੀ ਬੈਠੇ ਆ ਸਾਰੇ ਪਿਆਰ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਮੌਸਮ ਦੇਖੋ ਕਿੱਦਾਂ ਦਾ ਬਣਿਆ ਹੋਇਆ ਰਾਤ ਮੀਂਹ ਆ ਗਿਆ ਸੀ 12-1 ਵਜੇ ਥੋੜੀ ਕੁ ਬਾਰਿਸ਼ ਆਈ ਹੈ ਤੇ ਮੌਸਮ ਅੱਜ ਇਦਾਂ ਲੱਗ ਰਿਹਾ ਜਿੱਦਾਂ ਵੀ ਮੀਂਹ ਅੱਜ ਆਏ ਜਾਣਾ ਕਿਉਂਕਿ ਗਰਮੀ ਬਹੁਤ ਹੋਈ ਆ ਸਵੇਰੇ ਸਵੇਰੇ ਹਾਂਜੀ ਮੈਂ ਤਾਜ ਦੇ ਘਰ ਗਿਆ ਤਾਂ ਮਾੜਾ ਕੰਮ ਦਾ ਮੈਨੂੰ ਇਹ ਕਿ ਸ਼ੂਗਰ ਵਾਲੀ ਮਸ਼ੀਨ ਦੀ ਸ਼ੂਗਰ ਵਾਲੀ ਮਸ਼ੀਨ ਆ ਅਤੇ ਟੈਸਟ ਕਰਵਾਇਆ ਤਾ ਮੈਂ ਟੈਸਟ ਕਰਵਾਇਆ ਤਾਂ ਸ਼ੂਗਰ ਠੀਕ ਆਈ ਆ ਥੋੜ੍ਹੀ ਕੁ ਪ੍ਰੋਬਲਮ ਦੀ ਡਾਕਟਰ ਨੇ ਕਿਹਾ ਤਾਂ ਕਹਿੰਦਾ ਸ਼ੂਗਰ ਟੈਸਟ ਕਰ ਲਈ ਮੈਂ ਕਿਹਾ ਚਲੋ ਆਪਣੀ ਮਸ਼ੀਨ ਹੈਗੀ ਆ ਕਰ ਲੈਂਦੇ ਆ ਬਾਕੀ ਪਹੁੰਚ ਕੇ ਦੁਕਾਨ 'ਚ ਕਰਦੇ ਹਾਂ ਗੱਲਬਾਤ ਅੱਜ ਦਾ ਨਾ ਯਾਰ ਥੋੜ੍ਹਾ ਮੂਡ ਜਿਹਾ ਖਰਾਬ ਹੋਇਆ ਹੋਇਆ ਤਾਂ ਕਰਕੇ ਨਾ ਅੱਜ ਸਵੇਰ ਦਾ ਕੋਈ ਵੀ ਵੀਡੀਓ ਨਹੀਂ ਬਣਾ ਪਾਇਆ ਅਤੇ ਬਸ ਬਣਾ ਨਹੀਂ ਪਾਇਆ ਅਤੇ ਅੱਜ ਕਿਆ ਹੋ ਰਿਹਾ ਉਹ ਦੱਸਦੇ ਹਾਂ ਇੱਥੇ ਕੰਮ ਚੱਲਦਾ ਪਿਆ ਸੀ ਜਿਹੜਾ ਗਲੀ ਦਾ ਇੱਧਰ ਰੈਂਪ ਬਣ ਗਿਆ ਸਾਰਾ ਇਹ ਲੱਗੇ ਹੋਏ ਆ ਭਾਈ ਰੈਂਪ ਬਣਾਉਣ 'ਤੇ ਲੱਗੇ ਹੋਏ ਆ ਇੱਥੇ ਆਪਾਂ ਨੇ ਦੋ ਸਲੈਬਾਂ ਬਣਾਉਣੀ ਅਤੇ ਸਲੈਬਾਂ ਬਣਾਉਣ 'ਤੇ ਨਾ ਕਰਤੀ ਆਪਾਂ ਕੋਈ ਗੱਲ ਨਹੀਂ ਆਪਣੇ ਕੋਲੇ ਹੱਥ ਨਹੀਂ ਹੈਗੇ ਆਪਾਂ ਨੇ ਆਪ ਬਣਾ ਲੈਣੀ ਹੈ ਠੀਕ ਹੈ ਕਿਉਂਕਿ ਸਾਰੇ ਕੰਮ ਕਹਿੰਦੇ ਹੁੰਦੇ ਖੁਦ ਵੀ ਕਰਨੇ ਪੈਂਦੇ ਹੁੰਦੇ ਆ ਰੋਟੀ ਵੀ ਬਣਾ ਕੇ ਕੋਈ ਦੇ ਸਕਦਾ ਪਰ ਖਾਣੀ ਤਾਂ ਭਾਈ ਆਪੇ ਪੈਣੀ ਆ ਸੋ ਜਿਹੜੇ ਰੈਂਪ ਆ ਉਹ ਹੈਗੇ ਤਾਂ ਸਰਕਾਰੀ ਆ ਪਰ ਆਪਾਂ ਨੂੰ ਲੋੜ ਆ ਉਹਦੀ ਕਿਉਂਕਿ ਨਿਆਣੇ ਉੱਥੇ ਗਿਰ ਸਕਦੇ ਆ ਤਾਂ ਕਰਕੇ ਉੱਥੇ ਆਪਾਂ ਨੇ ਬਣਾਉਣੇ ਆ ਉਹਦੇ ਉੱਪਰ ਮੈਂ ਸਮਾਨ ਤਾਂ ਬਹੁਤ ਰੱਖਿਆ ਹੋਇਆ ਮੈਂ ਦਿਖਾਉਂਦਾ ਕਿਹੜੇ ਦੀ ਗੱਲ ਕਰੂੰ ਇਹ ਜਿਹੜੇ ਥੱਲੇ ਆ ਸਲੈਬਾਂ ਪਈਆਂ ਨਾ ਉਹ ਸਾਹਮਣੇ ਵਾਲਾ ਟੋਆ ਜਿਹੜਾ ਇਹ ਵਾਲਾ ਟੋਆ ਮੈਂ ਤੁਹਾਨੂੰ ਇਹ ਜਿਹੜਾ ਟੋਆ ਹੈ ਨਾ ਆਹ ਵਾਲਾ ਇਹ ਟੋਆ ਕਰਕੇ ਨਾ ਇਹ ਥੱਲੇ ਨੂੰ ਅੰਦਰ ਨੂੰ ਧੱਸ ਜਾਂਦਾ ਤਾਂ ਕਰਕੇ ਇਹਦੇ ਉੱਪਰ ਆਹ ਸਟੈਂਡ ਰੱਖਿਆ ਇੰਨਾ ਵਜਨ ਰੱਖਿਆ ਹੋਇਆ ਵਜਨ ਜਦ ਟਿਕ ਜਾਂਦਾ ਪਰ ਜਦ ਗੱਬੇ ਕੋਈ ਚੜ੍ਹਦਾ ਨਾ ਇੱਥੇ ਸੈਂਟਰ ਪੁਆਇੰਟ ਦੇ ਵਿੱਚ ਬਿਲਕੁਲ ਤਾਂ ਕਰਕੇ ਫਿਰ ਇਹ ਗੱਬੇ ਨੂੰ ਮੁੱਚ ਜਾਂਦੇ ਆ ਆਪਾਂ ਨੇ ਇਹ ਸਲੈਬਾਂ ਆਪਣੇ ਇਹਦੇ ਵਾਸਤੇ ਬਣਾਉਣੀ ਆ ਕੋਈ ਗੱਲ ਨਹੀਂ ਆਪਾਂ ਇੱਕ ਅੱਧੇ ਦਿਨ 'ਚ ਵੀ ਸਲੈਬਾਂ ਬਣਾਵਾਂਗੇ ਨਾਲੇ ਆਪਣੇ ਕੋਲ ਕੰਟੈਂਟ ਹੋ ਜੂਗਾ ਭਾਈ ਆਪਾਂ ਬਣਾ ਲਾਂਗੇ ਕੋਈ ਚੱਕਰ ਨਹੀਂ ਆਪਾਂ ਕੋਲ ਕਿਹੜਾ ਨਹੀਂ ਆਉਂਦਾ ਸਮਾਨ ਆਪਣੇ ਕੋਲ ਹੈਗਾ ਸਰੀਆ ਪੈਣਾ ਸਰੀਆ ਆਪਾਂ ਕੱਢ ਕੇ ਲਿਆਂਦਾ ਦਾ ਆਪਣੇ ਕਬਾੜ ਕਬੂੜ 'ਚ ਸਰੀਆ ਵਾਧੂ ਪਿਆ ਤਾਂ ਅੰਦਰ ਤਾਂ ਕਰਕੇ ਆਪਾਂ ਨੇ ਚੱਕ ਕੇ ਉਹ ਬਣਾ ਲੈਣਾ ਅਤੇ ਆਪਾਂ ਬੱਲੇ ਬੱਲੇ ਕਰ ਲੈਣੀ ਆ ਕੋਈ ਟੈਨਸ਼ਨ ਨਹੀਂ ਅੱਜ ਦੁਕਾਨ 'ਚ ਦੇਖੋ ਕੌਣ ਆਇਆ ਬਾਂਹ ਟੁੱਟੀ ਹੋਈ ਵਾਲਾ ਆਇਆ ਟੁੱਟੀ ਬਾਂਹ ਵਾਲਿਆ ਕਿਆ ਹਾਲਤ ਰੇ ਕਿਆ ਚੁੰਗਣੀ ਜੀ ਪੀ ਜਾਂਦਾ ਇਹ ਭਾਈ ਗਰਮੀ ਲੱਗਦੀ ਹੈ ਨਾ ਮੁੰਡੇ ਨੂੰ ਅੱਜ ਲੱਸੀ ਪੀ ਲੈ ਐਤਵਾਰ ਛੁੱਟੀ ਜਿੰਮ ਤੇ ਅੱਜ ਮੁੰਡੇ ਕਹਿੰਦੇ ਅੱਜ ਆਈਸਕ੍ਰੀਮ ਖਾਣੀ ਚੱਲ ਬਈ ਅੱਗੇ ਹੋ ਜਾ ਚੱਲ ਵੀ ਚੱਲ ਇੱਧਰ ਇਹ ਵੀ ਆ ਗਏ ਹਾਂ ਬਈ ਕਿੰਨੇ ਕਿੰਨੇ ਵਾਲੇ ਆ ਵੀਹ ਵਾਲੇ ਲਾ ਦੇ ਉਹ ਕਿੰਨੇ ਲਈਏ ਤੂੰ ਤੂੰ ਉੱਠ ਕੇ ਆ ਗਿਆ ਹੁਣ ਹੈਂ ਕਿਆ ਕਿਆ ਮਾਲ ਆਪਣੇ ਕੋਲ ਕਿੰਨੀਆਂ ਦੱਸ ਲੈਣੀਆਂ ਤੇ ਤੂੰ ਸਾਡਾ ਮਕਾਊਂਗਾ ਯਾਰ ਮਕਾ ਮੈਨੂੰ ਲਾ ਦੇ 6 ਪਹਿਲਾਂ 20 ਵਾਲੀਆਂ ਲਾ ਦੇ ਬਣੇਗੀ ਫਿਰ ਗਾਲੀ ਹੈ ਬਣ ਗਈ ਹਾਂ ਵਧੀਆ ਲੈ ਭਾਈ ਕਿੰਨੇ ਹੋ ਗਏ ਆਪਣੇ ਵਧੀਆ ਇੱਕ ਨੰਬਰ ਹੈ ਆ ਭਾਈ ਕਿੱਦਾਂ ਲੱਗੀ ਫਿਰ ਤੂੰ ਵੀ ਦੱਸ ਦੇ ਲੜਨੇ ਵਾਲਿਆ ਲੜਦਾ ਬਹੁਤ ਆ ਭਾਈ ਅੱਜ ਕੱਲ੍ਹ ਇਹ ਗੁੱਡਾ ਟਾਈਪ ਹੁੰਦਾ ਲੜਾ ਦੇ ਕਿਹੜਾ ਪਾਇਆ ਨੇ ਦੇਖ ਮੂੰਹ ਦਿਖਾਉਂਦਾ ਹੁਣ ਲਕੋਲਾ ਲਕੋਲਾ
ਅੱਜ ਦਾ ਦਿਨ ਨਾ ਬਹੁਤ ਨੱਠ ਭੱਜ ਭਰਿਆ ਤਾ ਅਤੇ ਬਹੁਤ ਕੁਛ ਕਰਿਆ ਨਿਆਣੇ ਨੇ ਆਈਸਕ੍ਰੀਮ ਖਾਧੀ ਗਾਹ ਪਾਇਆ ਅਤੇ ਬੱਚੇ 'ਚ ਨਹਾਏ ਇਹ ਅਤੇ ਅੱਜ ਆਪਾਂ ਨੇ ਕਿਆ ਹੋ ਗਿਆ ਹੁਣ ਦੇਖੋ ਆਪਣੇ ਕੋਲ ਬਿਸਕੁਟ ਨਪੀਨਾ ਸਾਰੀਆਂ ਖਤਮ ਹੋ ਗਈਆਂ ਅਤੇ ਅੱਜ ਆਪਣੇ ਕੋਲ ਕੋਲਡ ਡਰਿੰਕ ਵੀ ਖਤਮ ਹੋ ਗਿਆ ਅਤੇ ਆਪਾਂ ਨੇ ਕਿਆ ਕਰਿਆ ਹੁਣ ਔਡਰ ਲਾਇਆ ਹੋਇਆ ਕੋਲਡ ਡਰਿੰਕ ਆਪਣੇ ਹੁਣ ਆ ਜਾਣੇ ਠੀਕ ਹੈ ਅਤੇ ਜਿਹੜਾ ਕੁਰਕਰੇ ਨਮਕੀਨ ਲੇਜ਼ਾਂ ਆਹ ਦੇਖੋ ਸਾਰੇ ਕੁਰਕਰੇ ਸ਼ੁਰਕਰੇ ਖਤਮ ਆ ਇਹ ਉੱਧਰ ਵੀ ਆਪਣਾ ਸਾਰਾ ਖਾਲੀ ਹੋਇਆ ਦਿਖਾ ਦਿੰਦਾ ਮੈਂ ਆਹ ਦੇਖੋ ਇੱਧਰ ਸਾਰਾ ਕੁਰਕਰਾ ਸ਼ੁਰਕਰਾ ਵਾਲੀ ਲੜੀ ਖਾਲੀ ਹੋ ਗਈ ਸਾਰੀ ਲਾਈਨ ਕੱਲ੍ਹ ਨੂੰ ਭਰ ਲੈਣੀ ਜਾਂ ਕੱਲ੍ਹ ਨੂੰ ਜਾਂ ਪਰਸੋਂ ਤੱਕ ਕੱਲ੍ਹ ਨੂੰ ਜਾਂ ਪਰਸੋਂ ਤੱਕ ਆਪਣੇ ਕੋਲ ਸਾਰਾ ਸਮਾਨ ਆ ਜਾਣਾ ਅਤੇ ਫਿਰ ਆਪਾਂ ਨੇ ਇਹ ਲਗਭਗ ਆਪਣਾ 30 ਜਾਂ 35 ਹਜ਼ਾਰ ਦਾ ਸਮਾਨ ਬਣਨਾ ਸਾਰਾ ਨਮਕੀਨ ਬਿਸਕੁਟ ਕੁਰਕਰੇ ਸ਼ੁਰਕਰੇ ਜੋ ਵੀ ਹੁੰਦਾ ਆਪਣਾ ਸਾਰੀ ਆਈਟਮਾਂ ਇਹ ਪ੍ਰੋਫੈਕਸ਼ਰੀ ਵਾਲੀਆਂ ਸਾਰੀਆਂ ਆਪਣੇ ਕੱਲ੍ਹ ਨੂੰ ਜਾਂ ਪਰਸੋਂ ਨੂੰ ਆ ਜਾਣੀਆਂ ਕੋਲਡ ਡਰਿੰਕ ਆਪਣਾ ਹੋਣਾ ਰਹਿਣਾ ਥੋੜ੍ਹੀ ਦੇਰ ਤੱਕ ਡੈਡੀ ਲੈ ਕੇ ਆ ਰਹੇ ਗੱਡੀ ਪੂਰੀ ਭਰੀ ਹੋਈ ਹੋਊਗੀ ਕੱਢਾਂਗੇ ਆਪਾਂ ਫਿਰ ਦਿਖਾਉਂਗੇ ਆਪਾਂ ਨੇ ਹੁਣ ਕਿਆ ਕਰਿਆ ਇੱਧਰ ਆਪਣਾ ਸਾਰਾ ਇਹ ਖਾਲੀ ਕਰ ਲਿਆ ਇੱਥੇ ਹੁਣ ਕੋਲਡ ਡਰਿੰਕ ਭਰ ਦੇਣਾ ਆਪਣਾ ਦੇਖੋ ਸਾਰੇ ਕੋਲਡ ਡਰਿੰਕ ਖਤਮ ਹੋ ਗਏ 2 ਲੀਟਰ ਵਾਲੇ ਜਾਂ 20 ਵਾਲੇ ਆਹ ਥੋੜ੍ਹੇ ਬਹੁਤ ਪਏ ਇੰਨਾ ਕੁ ਤਾਂ ਨੋਰਮਲ ਹੈ ਫਰਿੱਜ ਵੀ ਖਾਲੀ ਹੈ ਆਣ ਦਿਓ ਬੱਚੇ ਨੂੰ ਅੱਗੇ ਦੇਖੋ ਡੈਡੀ ਟੋਏ 'ਚ ਕੱਢਣੀ ਇੰਨੀ ਨੇੜੇ ਪਤਾ ਨਹੀਂ ਕਰਨ ਦੀ ਕਿਆ ਲੋੜ ਹੈ ਯਾਰ ਆਣ ਦਿਓ ਲਓ ਭਾਈ ਸਮਾਨ ਆ ਗਿਆ ਆਪਣਾ ਥੈਲਾ ਪਿਆ ਪਿੱਛੇ ਦੇਖੋ ਉਹ ਚੌਲ ਚੂਲ ਪਏ ਅੱਗੇ ਕੋਲਡ ਡਰਿੰਕ ਭਰਿਆ ਪਿਆ ਡਿੱਗੀ ਖੋਲੋ ਭਾਈ ਛੇਤੀ ਜਾਓ ਲਓ ਜੀ ਪੂਰਾ ਕੋਲਡ ਡਰਿੰਕ ਨਾਲ ਲੱਦਿਆ ਹੋਇਆ ਆਪਣਾ ਸਾਰਾ ਸਮਾਨ ਆ ਗਿਆ ਲਾ ਜੀ ਤੇ ਪੂਰਾ ਗੱਡੀ ਲੋਡ ਆ ਬਸ ਇੱਧਰ ਚੀਨੀਆਂ ਥੱਲੇ ਪਿਆ ਗੱਡੀ ਦਾ ਪੈਂਚਰ ਇੰਨਾ ਦੱਬ ਜਾਂਦਾ ਭਾਈ ਦੇਖੋ ਕੌਣ ਕੌਣ ਆਇਆ ਆਪਣੇ ਕੋਲ ਕੋਲਡ ਡਰਿੰਕ ਕੱਢਣ ਵਾਲੇ ਖੋਲੋ ਭਾਈ ਚੱਲ ਹੁਣ ਧਿਆਨ ਨਾਲ ਕੱਢਿਓ ਜਿਹੜੀ ਛੋਟੀ ਛੋਟੀ ਪੇਟੀਆਂ ਇੱਕ ਜਣਾ ਅੰਦਰ ਚਲ ਜਾਓ ਕਾਕੂ ਤੂੰ ਅੰਦਰ ਜਾ ਕੇ ਖੜ ਜਾ ਤੈਨੂੰ ਉੱਥੇ ਤੇ ਕੋਲਡ ਡਰਿੰਕ ਫੜਾਊਂਗਾ ਚੱਕ ਕੇ ਰੱਖੀ ਜਲਦੀ ਚਲੋ ਵੀ ਚਲੋ ਛੇਤੀ ਮਾਰੋ ਹੰਬਲਾ ਕੱਢ ਵੀ ਕੱਢ ਇੰਡੀ ਆਪਾਂ ਇਹਨਾਂ ਖੁੱਲ ਗਿਆ ਗੱਡੀ ਦਾ ਇਹਨੂੰ ਕਰਦੇ ਹਾਂ ਲੋਡ ਕੋਈ ਨਾ ਬਾਅਦ 'ਚ ਕਰਦੇ ਹਾਂ ਚੱਕ ਲਓ ਛੇਤੀ ਮਾਰਨ ਲੱਗੇ ਹੋਏ ਆ ਜ਼ੋਰ ਭਾਈ ਭਾਰੀ ਆ ਭਾਈ ਇੱਧਰ ਆ ਜਾ ਮੇਰੇ ਕੋਲ ਜਾ ਇੱਧਰ ਆ ਛੋਟੀ ਵਾਲੀ ਉਠਾ ਆ ਗੱਬੇ ਚੱਕ ਲਾ ਚੱਕ ਲਾ ਛੇਤੀ ਕਰ ਲਓ ਭਾਈ ਆਪਣਾ ਕੋਲਡ ਡਰਿੰਕ ਆ ਗਿਆ ਅੰਦਰ ਇੱਧਰ ਦੇਖੋ ਸਾਰਾ 10-20 ਵਾਲਾ ਖਾਰਾ ਖੂਰਾ ਹੋਰ ਲੱਲਾ ਭੱਬਾ ਇੱਧਰ 50 ਵਾਲਾ 2 ਲੀਟਰ ਵਾਲੀਆਂ ਸਾਰੀਆਂ ਪੇਟੀਆਂ ਆਪਣੀਆਂ ਆ ਗਈਆਂ ਲਾਹੌਰੀ ਜੀਰਾ ਲੱਲਾ ਭੱਬਾ ਆਹ ਦੇਖੋ ਨਿਆਣਿਆਂ ਨੇ ਜ਼ੋਰ ਮਰਾਇਆ ਅੱਧਾ ਦਿਨ ਨਾ ਖਰਾਬ ਇਹਦਾ ਸਵੇਰ ਦਾ ਹੀ ਪੰਗੇ ਪਈ ਜਾਂਦੇ ਪਹਿਲਾਂ ਬੈਚਬਾਜ਼ੀ ਹੋਈ ਕਿਸੇ ਨਾਲ ਠੀਕ ਹੈ ਫਿਰ ਦੁਪਹਿਰ ਨੂੰ ਇੱਕ ਹੋਰ ਗੱਲਬਾਤ ਹੋ ਗਈ ਤਾਂ ਕਰਕੇ ਸਾਰਾ ਮੂਡ ਦਾ ਸੱਤਿਆਨਾਸ਼ ਹੋ ਗਿਆ ਬਹੁਤ ਦਿਮਾਗ ਖਰਾਬ ਹੋਇਆ ਵੀ ਟੈਨਸ਼ਨ 'ਚ ਬਹੁਤ ਆ ਵੀ ਕਰੇ ਗਿਆ ਬੰਦਾ ਹੁਣ ਯਾਰ ਕੋਲਡ ਡਰਿੰਕ ਆਪਣਾ ਆ ਗਿਆ ਠੀਕ ਹੈ ਅੱਜ ਦੇ ਵਲੌਗ ਦੇ ਵਿੱਚ ਬਸ ਇੰਨਾ ਕੁ ਹੈ ਸਮਾਨ ਦਾ ਔਡਰ ਆਪਾਂ ਕੱਲ੍ਹ ਨੂੰ ਲਾਉਣਾ ਅੱਧਾ ਰਹਿ ਗਿਆ ਅੱਧਾ ਲਗਾਉਣਾ ਹਲੇ ਅਤੇ ਕੱਲ੍ਹ ਨੂੰ ਆਪਣਾ ਸਮਾਨ ਆ ਜੂਗਾ ਜਾਂ ਪਰਸੋਂ ਨੂੰ ਆ ਜੂਗਾ ਬਾਕੀ ਆਪਾਂ ਕਰਦੇ ਹਾਂ ਗੱਲ ਫਿਰ ਹੋਰ ਵਲੌਗ ਦੇ ਵਿੱਚ ਰੱਬ ਰੱਖਾ